ਰੂਪਾ ਬਾਜਵਾ ਦਾ ਨਾਵਲ ਸਾਡੀ ਸ਼ਾਪ ਦੇ ਦੋ ਪਾਗ ਹਨ ਇੱਕ ਪਾਗ ਖਤਮ ਹੋ ਗਿਆ ਤੇ ਹੁਣ ਦੂਸਰਾ ਪਾਗ ਸ਼ੁਰੂ ਹੋ ਰਿਹਾ ਹੈ ਪਹਿਲਾ ਅੰਧ ਬਾਹਰ ਦਾ ਮੌਸਮ ਆਇਆ ਤੇ ਚਲਾ ਵੀ ਗਿਆ ਜਿਵੇਂ ਕਿ ਅਕਸਰ ਹੀ ਹੁੰਦਾ ਹੈ ਬਹਾਰ ਦੇ ਫੁੱਲਾਂ ਦੀ ਮਹਿਕ ਨਾਲ ਭਰੀ ਹੋਈ ਖੁਸ਼ਬੂਦਾਰ ਤੇ ਤਾਜ਼ਾ ਹਵਾ ਦੀ ਠੰਡ ਮਈ ਮਹੀਨੇ ਦੀ ਖੁਸ਼ਕ ਤੇ ਧੂੜ ਭਰੀ ਗਰਮੀ ਆ ਗਈ ਬੱਚਿਆਂ ਨੇ ਆਪਣੇ ਪਤੰਗ ਸੰਭਾਲ ਕੇ ਰੱਖ ਦਿੱਤੇ ਸਨ ਕਿਉਂਕਿ ਬਹਾਰ ਦੇ ਦਿਨਾਂ ਦੌਰਾਨ ਜਿਨ੍ਹਾਂ ਛੱਤਾਂ ਤੇ ਖੜ ਕੇ ਅਸਮਾਨ 'ਚ ਪਤੰਗ ਉਡਾਇਆ ਕਰਦੇ ਸਨ ਉਹ ਗਰਮੀਆਂ ਦੀ ਧੁੱਪ 'ਚ ਬੁਰੀ ਤਰ੍ਹਾਂ ਤਪਣ ਲੱਗ ਪਈਆਂ ਸਨ। ਫਲਾਂ ਦੀ ਮੰਡੀ 'ਚ ਪੱਕੇ ਹੋਏ ਅੰਬਾਂ ਦੀ ਮਹਿਕ ਫੈਲਣ ਲੱਗ ਪਈ ਸੀ ਤੇ ਗ੍ਰਹਿਣੀਆਂ achar ਪਾਉਣ ਲਈ ਕੱਚੇ ਅੰਬਾਂ ਦੀ ਖਰੀਦ ਕਰ ਰਹੀਆਂ ਸਨ। ਅੰਬਾਂ ਦੇ achar ਦੇ ਵੱਡੇ-ਵੱਡੇ ਬਰਤਨ ਧੁੱਪੇ ਛੱਤਾਂ ਤੇ ਵਿਹੜਿਆਂ 'ਚ ਦਿਖਾਈ ਦੇਣ ਲੱਗ ਪਏ ਸਨ ਤਾਂ ਕਿ ਧੁੱਪ ਨਾਲ achar ਠੀਕ ਤਰ੍ਹਾਂ ਪੱਕ ਜਾਏ। ਦਿਨ ਲੰਬੇ ਹੋ ਗਏ ਸਨ ਤੇ ਲੋਕਾਂ ਦੇ ਗੁੱਸੇ ਤੇਜ਼। ਲੋਕ بارش ਦੀ ਉਡੀਕ ਕਰਨ ਲੱਗੇ ਸਨ ਪਰ ਬਲ ਰੇ ਅਸਮਾਨ 'ਚ ਬੱਦਲ ਦਾ ਨਿਸ਼ਾਨ ਤੱਕ ਨਹੀਂ ਸੀ ਨਾਲੀਆਂ ਵਿੱਚੋਂ ਪਾਣੀ ਉੱਡ ਗਿਆ ਸੀ ਤੇ ਹੀਠਾਂ ਕਾਲੀ ਮੈਲ ਬਚ ਗਈ ਸੀ ਜਿਸ 'ਚੋਂ ਬਦਬੂ ਆਉਂਦੀ ਸੀ ਅੰਮ੍ਰਿਤਸਰ ਦੇ ਬਾਹਰਵਾਰ ਦੇ ਕੁਝ ਛੱਪੜ ਵੀ ਸੁੱਕ ਗਏ ਸਨ ਤੇ ਸੁਸਤ ਮੱਝਾਂ ਇਹਨਾਂ ਛੱਪੜਾਂ 'ਚ ਛੋਡੂngੀਆਂ ਧਸ ਕੇ ਬੈਠਣ ਲੱਗੀਆਂ ਸਨ ਇਹਨਾਂ ਦੇ ਗਰਮ ਤੇ ਕਾਲੇ ਜਿਸਮਾਂ ਦੇ ਆਲੇ ਦੁਆਲੇ ਠੰਡੀ ਮਿੱਟੀ ਮਿਲੀ ਹੁੰਦੀ ਸੀ ਤੇ ਛੱਪੜਾਂ 'ਚੋਂਾਂ ਦੀਆਂ ਸਿਰਫ ਅੱਖਾਂ ਹੀ ਦਿਖਾਈ ਦਿੰਦੀਆਂ ਸਨ ਸੜਕਾਂ ਤੇ ਧੂੜ ਹੋ ਗਈ ਸੀ ਤੇ ਸਾਈਕਲ ਸਵਾਰਾਂ ਤੇ ਪੈਦਲ ਚੱਲਣ ਵਾਲੇ ਲੋਕਾਂ ਦੇ ਚਿਹਰਿਆਂ ਤੇ ਥਕਾਵਟ ਦੇ ਪੱਕੇ ਨਿਸ਼ਾਨ ਦਿਸਣ ਲੱਗ ਗਏ ਸਨ। ਹਰ ਰੋਜ਼ ਬਾਰ-ਬਾਰ ਬਿਜਲੀ ਜਾਂਦੀ ਸੀ। ਸਾਰੇ ਅੰਮ੍ਰਿਤਸਰ ਵਿੱਚ ਹੀ ਲੋਕ ਥੱਕੇ ਹੋਏ, ਖਿਜੀ ਹੋਏ ਜਾਂ ਸੁਸਤ ਤੇ ਉਤਸ਼ਾਹਹੀਨ ਹੋ ਗਏ ਸਨ। ਮਾਵਾਂ ਰੋਲਾ ਪਾ ਰਹੀ ਬੱਚਿਆਂ ਨੂੰ ਝਿੜਕ ਰਹੀਆਂ ਸਨ। ਸੱਸਾਂ ਆਪਣੀਆਂ ਜਵਾਨੂਆਂ ਨਾਲ ਲੜਦੀਆਂ ਸਨ। ਦੁਕਾਨਾਂ, ਦਫ਼ਤਰਾਂ ਤੇ ਫੈਕਟਰੀਆਂ 'ਚ ਛੋਟੇ ਵਰਕਰਾਂ ਨੂੰ ਸਾਰਾ ਦਿਨ ਆਪਣੇ ਤੋਂ ਉੱਚੀ ਪਦਵੀ ਵਾਲਿਆਂ ਦੀਆਂ ਝਿੜਕਾਂ ਖਾਣੀਆਂ ਪੈਂਦੀਆਂ ਸਨ। ਬਹੁਤ ਸਾਰੇ ਪਰਿਵਾਰ ਬਿਜਲੀ ਦੀ ਕਟੌਤੀ ਦੇ ਸਮੇਂ ਰਾਤ ਨੂੰ ਹਨੇਰਿਆਂ ਹਨੇਰੀਆਂ ਸ਼ਾਂਤ ਛੱਤਾਂ ਤੇ ਸੌਂਦੇ ਉਹਨਾਂ ਦੀਆਂ ਸਾਰੀਆਂ ਯਾਦਾਂ ਮੱਛਰਾਂ ਦੇ ਝੁੰਡਾ ਵਾਂਗ ਹੀ ਖਵਾਚ ਲਟਕਦੀਆਂ ਰਹਿੰਦੀਆਂ ਸਨ ਦੁਪਹਿਰ ਬਾਅਦ ਦੇ ਸਮੇਂ ਦੌਰਾਨ ਪਸੀਨੇ ਨਾਲ ਤਰ ਹੋ ਰਿਹਾ ਆਈਸਕ੍ਰੀਮ ਵੇਚਣ ਵਾਲੇ ਦਰਖਤਾਂ ਦੀਆਂ ਛਾਵਾਂ ਹੇਠ ਆਪਣੇ ਰਿਕਸ਼ਿਆਂ ਚੂੰਗ ਰਹੇ ਰਿਕਸ਼ਿਆਂ ਵਾਲੇ ਤੇ ਆਪਣੀਆਂ ਲੰਬੀਆਂ ਜੀਭਾਂ ਬਾਹਰ ਕੱਢ ਕੇ ਹੋਂਕ ਰਹੇ ਆਵਾਰਾ ਕੁੱਤੇ ਖਾਲਮ ਖਾਲੀ ਸੜਕਾਂ ਤੇ ਦਿਖਾਈ ਦਿੰਦੇ ਸਨ ਇਨਾਂ ਸੜਕਾਂ ਵਿੱਚੋਂ ਵੀ ਗਰਮ ਲੁੱਕ ਦੀ ਮੁਸ਼ਕ ਆਉਂਦੀ ਸੀ। ਚੰਦਰ ਦੇ ਮਕਾਨ ਦੀ ਛੱਤ ਟੀਨ ਦੀ ਸੀ ਤੇ ਮਈ ਦੇ ਮਹੀਨੇ ਦੌਰਾਨ ਇੱਕ ਘੰਟੇ ਦੇ ਬਾਅਦ ਇਹ ਸੰਦਰ ਅੱਗ ਵਰਗੀ ਗਰਮੀ ਹੋ ਜਾਂਦੀ ਸੀ। ਧੁੱਪ ਕਾਰਨ ਇਹ ਛੋਟਾ ਜਿਹਾ ਮਕਾਨ ਖਵਾਰਤ ਪੱਠੀ ਵਰਗਾ ਬਣ ਜਾਂਦਾ। ਇਹੀ ਉਹ ਥਾਂ ਸੀ ਜਿੱਥੇ ਗਰਮੀਆਂ ਦੀ ਇੱਕ ਸਵੇਰ ਚੰਦਰ ਦੀ ਪਤਨੀ ਬੈਠੀ ਸੀ ਤੇ ਉਹਦਾ ਸਾਰਾ ਸਰੀਰ ਪਸੀਨੇ ਨਾਲ ਤਰ ਸੀ। ਉਹਦਾ ਨਾਮ ਕਮਲਾ ਸੀ ਹਾਲਾਂਕਿ ਸੇਵਕ ਸਾੜੀ ਹਾਊਸ ਦੇ ਸਾਰੇ ਲੋਕੋ ਨੂੰ ਚੰਦਰ ਦੀ ਬੀਵੀ ਕਹਿੰਦੇ ਸਨ। ਕਿਸੇ ਵੇਲੇ ਕਮਲਾ ਇੱਕ ਬੱਚੀ ਸੀ ਉਹਦੀ ਧੌਣ ਪਿੱਛੇ ਦੋ ਗੁੱਤਾਂ ਲਮਕ ਰਹੀਆਂ ਹੁੰਦੀਆਂ ਉਹਦਾ ਸਰੀਰ ਪਤਲਾ ਤੇ ਅੱਖਾਂ ਮੋਟੀਆਂ ਤੇ ਸ਼ਾਨਦਾਰ ਉਹ ਅੰਮ੍ਰਿਤਸਰ ਤੋਂ ਕਰੀਬ 20 ਕਿਲੋਮੀਟਰ ਦੂਰ ਪਿੰਡ ਨਾਲੋਂ ਰਤਾ ਕੋ ਵੱਡੇ ਜੰਡੇਆਲਾ ਨਾਂ ਦੇ ਛੋਟੇ ਜਿਹੇ ਕਸਬੇ ਦੇ ਇੱਕ ਛੋਟੇ ਜਿਹੇ ਮਕਾਨ 'ਚ ਆਪਣੀ ਮਾਂ ਪਿਤਾ ਤੇ ਭਰਾ ਨਾਲ ਰਹਿੰਦੀ ਸੀ ਉਹਦਾ ਭਰਾ ਉਸ ਨਾਲੋਂ ਵੱਡਾ ਸੀ ਜਦੋਂ ਇਹ ਹਲੇ 8 ਸਾਲਾਂ ਦੀ ਸੀ ਤਾਂ ਭਰਾ 13 ਸਾਲ ਦਾ ਹੋ ਚੁੱਕਾ ਸੀ ਉਹਦਾ ਪਿਤਾ ਇੱਕ ਛੋਟੀ ਜੀ ਫੈਕਟਰੀ 'ਚ ਕੰਮ ਕਰਦਾ ਸੀ ਜਿਸ ਵਿੱਚ ਚਮਕੀ ਵਾਸ਼ਿੰਗ ਪਾਊਡਰ ਨਾਂ ਦਾ ਸਾਬਣ ਬਣਦਾ ਸੀ। ਉਹਦਾ ਪਿਤਾ ਫੈਕਟਰੀ ਚਲਾ ਜਾਂਦਾ, ਉਹਦਾ ਭਰਾਦਰਜੀ ਇੱਕ ਦੁਕਾਨ ਤੇ ਕੰਮ ਸਿੱਖਣ ਚਲਾ ਜਾਂਦਾ। ਕਮਲਾ ਦੀ ਮਾਂ ਲੋਕਾਂ ਦੇ ਘਰ ਹੀ ਖਾਣਾ ਪਕਾਉਣ ਤੇ ਸਫਾਈ ਕਰਨ ਚਲੀ ਜਾਂਦੀ। ਕਦੇ-ਕਦੇ ਕਮਲਾ ਵੀ ਉਹਦੇ ਨਾਲ ਜਾਂਦੀ ਤੇ ਉਹਦੀ ਮਦਦ ਕਰਦੀ। 8 ਸਾਲ ਦੀ ਉਮਰ 'ਚ ਕਮਲਾ ਕੋਲ ਸਿਰਫ ਦੋ ਹੀ ਫਰੋਕਾਂ ਸਨ, ਦੋਵੇਂ ਹੀ ਫਰੋਕਾਂ ਪੁਰਾਣੀਆਂ ਸਨ। ਜਿਹੜੀਆਂ ਉਹਦੀ ਮਾਂ ਨੂੰ ਉਹਨਾਂ ਔਰਤਾਂ ਨੇ ਦਿੱਤੀਆਂ ਸਨ ਜਿਨ੍ਹਾਂ ਦੇ ਘਰੀਓਂ ਕੰਮ ਕਰਨ ਜਾਂਦੀ ਸੀ ਤੇ ਜਿਨ੍ਹਾਂ ਦੇ ਬੱਚੇ ਵੱਡੇ ਹੋ ਗਏ ਸਨ ਇੱਕ ਫਰੌਕ ਲਾਲ ਤੇ ਨੀਲੇ ਰੰਗ ਦੀ ਡੱਬੀਆਂ ਵਾਲੀ ਸੀ ਜਿਹਦੇ ਘੇਰੇ 'ਚ ਜੇਬਾਂ ਲੱਗੀਆਂ ਸੀ ਤੇ ਦੂਜੀ ਗੁਲਾਬੀ ਰੰਗ ਦੀ ਜਿਹਦੇ ਕਾਲਰ ਤੇ ਚਿੱਟੇ ਰੰਗ ਦੀ ਲੈਸ ਲੱਗੀ ਸੀ ਭਾਵੇਂ ਕਮਲਾ ਦੀ ਮਾਂ ਉਹਦੇ ਭਰਾ ਦੇ ਕੱਪੜੇ ਧੋਂਦੀ ਸੀ ਉਸ ਲਈ ਚਾਹ ਬਣਾਉਂਦੀ ਸੀ ਉਸ ਵੱਲੋਂ ਪਾਈ ਗਏ ਖਲਾਰੇ ਨੂੰ ਸਾਂਭਦੀ ਸੀ ਫਿਰ ਵੀ ਕਮਲਾ ਨੂੰ ਆਪਣੇ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਉਹ ਕਮਲਾ ਨੂੰ ਦੱਸਦੀ ਸੀ ਕਿ ਕੁੜੀਆਂ ਨੂੰ ਘਰ ਦੇ ਸਾਰੇ ਕੰਮ ਸਿੱਖਣੇ ਚਾਹੀਦੇ ਆ ਤੇ ਜਿੰਨੀ ਛੇਤੀ ਉਹ ਸਿੱਖਣਾ ਸ਼ੁਰੂ ਕਰ ਦੇਣ ਉਨਾ ਹੀ ਚੰਗਾ ਰਹਿੰਦਾ ਹੈ ਇਸ ਲਈ ਆਪਣੀ ਮਾਂ ਦੀ ਨਕਲ ਕਰਦੇ ਹੋਏ ਹਫ਼ਤੇ 'ਚ ਇੱਕ ਵਾਰੀ 8 ਸਾਲ ਦੀ ਕਮਲਾ ਟੂਟੀ ਦੇ ਨੇੜੇ ਬੈਠਦੀ ਆਪਣੀਆਂ ਦੋਹਾਂ ਫਰਾਕਾਂ ਨੂੰ ਰਗੜਦੀ ਪਾਣੀ 'ਚ ਕੱਢਦੀ ਨਿਚੋੜ-ਨਿਚੋੜ ਕੇ ਸੁਕਾਉਂਦੀ ਤੇ ਫਿਰ ਉਹਨਾਂ ਨੂੰ ਧੁੱਪ 'ਚ ਸੁੱਕਣੇ ਪਾ ਦਿੰਦੀ ਉਹਨੂੰ ਲਾਲ ਤੇ ਨੀਲੀਆਂ ਡੱਬੀਆਂ ਵਾਲੀ ਫਰਾਕ ਜ਼ਿਆਦਾ ਪਸੰਦ ਸੀ ਹਾਲਾਂਕਿ ਗੁਲਾਬੀ ਫਰਾਕ ਤੇ ਲੱਗੀ ਲੇਸ ਨਾਲ ਉਸਦਾ ਹੀ ਆਪਣੇ ਆਪ ਨੂੰ ਬਹੁਤ ਸ਼ਾਨਦਾਰ ਮਹਿਸੂਸ ਕਰਦੀ ਸੀ ਐਨ ਉਹ ਨਾ ਕੁੜੀਆਂ ਵਾਂਗ ਜਿਹੜੀਆਂ ਵੱਡੇ ਘਰਾਂ 'ਚ ਰਹਿੰਦੀਆਂ ਸਨ ਘਰਾਂ 'ਚ ਬਾਹਰ ਜਾਂਦੀਆਂ ਸਨ ਤੇ ਬੈਂਗਣੀ ਕਾਗਜ਼ਾਂ ਵਾਲੀ ਚਾਕਲੇਟ ਖਰੀਦੀਆਂ ਸਨ ਫਿਰ ਵੀ ਉਹਨੂੰ ਲਾਲ ਤੇ ਨੀਲੀ ਡੱਬੀਆਂ ਵਾਲੀ ਹੀ ਜ਼ਿਆਦਾ ਪਸੰਦ ਸੀ ਇਸ ਤੇ ਜੇਬਾਂ ਸਨ ਜਿਸ 'ਚ ਚੀਜ਼ਾਂ ਰੱਖੀਆਂ ਜਾ ਸਕਦੀਆਂ ਸਨ ਇਹ ਗੁਲਾਬੀ ਵਾਲੀ ਨਾਲੋਂ ਵੀ ਨਵੀਂ ਸੀ ਇਹ ਕਿਤੇ ਜ਼ਿਆਦਾ ਚਮਕੀਲੀ ਤੇ ਖੁਸ਼ਗਵਾਰ ਲੱਗਦੀ ਸੀ ਕਮਲਾ ਵਾਰੀ-ਵਾਰੀ ਦੋਵੇਂ ਹੀ ਫਰਾਕਾ ਪਾਉਂਦੀ ਸੀ ਤੇ ਇੱਕ ਦਿਨ ਗੁਲਾਬੀ ਵਾਲੀ ਤੇ ਅਗਲੇ ਦਿਨ ਲਾਲ ਤੇ ਨੀਲੀਆਂ ਡੱਬੀਆਂ ਵਾਲੀ ਜਿਸ ਦਿਨ ਲਾਲ ਤੇ ਨੀਲੀਆਂ ਡੱਬੀਆਂ ਵਾਲੀ ਫਰਾਕ ਦੀ ਵਾਰੀ ਸੀ ਉਸ ਦਿਨ ਕਮਲਾ ਦੀ ਮਾਂ ਮਰ ਗਈ ਕਮਲਾ ਉਸ ਦਿਨ ਆਪਣੀ ਮਾਂ ਦੇ ਨਾਲ ਇਕੱਲੀ ਘਰ ਸੀ ਤੇ ਸ਼ਾਮ ਦਾ ਸਮਾਂ ਸੀ ਦੋਵੇਂ ਜਣੀਆਂ ਖਾਣਾ ਬਣਾਉਣ ਦੀ ਤਿਆਰੀ ਕਰ ਰਹੀਆਂ ਸਨ ਕਮਲਾ ਨੇ ਆਲੂ ਛਿਲਣੇ ਨਵੇਂ-ਨਵੇਂ ਸਿੱਖੇ ਸਨ ਉਹ ਫਰਸ਼ ਤੇ ਬੈਠੀ ਇੱਕ ਖੁੰਡੇ ਚਾਕੂ ਨਾਲ ਆਲੂ ਛਿਲ ਰਹੀ ਸੀ ਕਿਉਂਕਿ ਉਹਦੀ ਮਾਂ ਅਜੇ ਵੀ ਉਹਨੂੰ ਤਿੱਖਾ ਚਾਕੂ ਫੜਨ ਨਹੀਂ ਸੀ ਦਿੰਦੀ ਤੇ ਉੱਚੀ ਆਵਾਜ਼ 'ਚ ਆਪਣੀ ਮਾਂ ਨਾਲ ਗੱਲਾਂ ਕਰ ਰਹੀ ਸੀ ਕਮਲਾ ਦੀ ਮਾਂ ਸ਼ੈਲਫ ਤੋਂ ਅਚਾਰ ਦਾ ਇੱਕ ਡੱਬਾ ਲਾਉਣ ਲਈ ਸਟੂਲ ਤੇ ਚੜੀ ਸੀ ਮਾਂ ਤੈਨੂੰ ਦੱਸਾਂ ਕਿ ਗੰਗਾ ਕਹਿ ਰਹੀ ਸੀ ਕਿ ਮੀਨਾ ਹਮੇਸ਼ਾ ਹੀ ਹੀਰਾ ਫੇਰੀ ਕਰਦੀ ਹੈ ਕਹਿਣ ਲੱਗੀ ਠੀਕਰੀ ਚੌਕ ਵਾਲੀ ਲਾਈਨ ਦੇ ਉੱਤੇ ਪਰ ਮੀਨਾ ਨੇ ਆਪਣੇ ਪੈਰ ਨਾਲ ਉਹਨੂੰ ਹਲਾ ਦਿੱਤਾ ਪਰ ਮਾਂ ਮੈਂ ਉਹਨੂੰ ਦੇਖ ਲਿਆ ਸੀ ਉਹਨੇ ਨਹੀਂ ਸੀ ਦੇਖਿਆ ਤੈਨੂੰ ਕੋਈ ਲੱਗਦਾ ਗੰਗਾ ਝੂਠ ਬੋਲਦੀ ਸੀ ਮੈਨੂੰ ਨਹੀਂ ਲੱਗਦਾ ਗੰਗਾ ਕਦੇ ਝੂਠ ਨਹੀਂ ਬੋਲਦੀ ਪਰ ਖਬਰੀ ਉਹਨੂੰ ਗਲਤੀ ਲੱਗੀ ਹੋਵੇ ਉਹ ਹਰ ਵੇਲੇ ਆਪਣੇ ਆਪ ਨੂੰ ਸਹੀ ਸਮਝਦੀ ਐ ਮਾਂ ਮੈਂ ਸੋਚਦੀ ਆ ਉਹਦੀ ਮਾਂ ਸਟੂਲ ਤੇ ਪੰਜਿਆਂ ਭਾਰ ਖੜੀ ਸੀ ਤੇ ਮਰਦਬਾਨ ਮਰਤਬਾਨ ਚੁੱਕਣ ਦੀ ਕੋਸ਼ਿਸ਼ ਵਿੱਚ ਕੋਸ਼ਿਸ਼ ਕਰ ਰਹੀ ਸੀ ਉਹ ਸਿਰ ਹਿਲਾਉਂਦੀ ਜਾ ਰਹੀ ਸੀ ਤੇ ਕਮਲਾ ਆਪਣੀ ਮਾਂ ਦਾ ਜਵਾਬ ਦੇ ਕੇ ਬਿਨਾਈ ਬੋਲਦੀ ਜਾ ਰਹੀ ਸੀ ਗੰਗਾ ਦੀ ਭੈਣ ਜਿਹੜੀ ਜਦੀ ਸ਼ਾਦੀ ਹੋ ਗਈ ਸੀ ਵਾਪਸ ਆ ਗਈ ਐ ਉਹਨੂੰ ਸੌਰਿਆ ਨੇ ਚਾਂਦੀ ਦੀ ਚੂੜੀ ਦਿੱਤੀ ਐ ਸੱਚਮੁੱਚ ਹੀ ਚਾਂਦੀ ਦੀ ਚੂੜੀ ਬੜੀ ਸੋਹਣੀ ਐ ਇਹਦੇ ਉੱਤੇ ਛੋਟੇ ਛੋਟੇ ਘੰਗਰੂ ਲੱਗੇ ਐ ਇਹ ਬੜੀ ਸੋਹਣੀ ਆਵਾਜ਼ ਕਰਦੇ ਐ ਗੰਗਾਏ ਚੂੜੀ ਦਿਖਾਉਣ ਲਈ ਬਾਰ-ਬਾਰ ਬਿਨਾਂ ਮਤਲਬ ਹੀ ਆਪਣੇ ਹੱਥ ਲਾਉਂਦੀ ਰਹਿੰਦੀ ਐ ਫਿਰ ਕਮਲਾ ਦੀ ਮਾਂ ਆਖਰਕਾਰ ਆਪਣੀਆਂ ਉਂਗਲਾਂ ਮਰਤਬਾਨ ਤੱਕ ਲਿਜਾਣ 'ਚ ਸਫਲ ਹੋ ਗਈ ਉਹਨੇ ਇਹਨੂੰ ਹਲਕੇ ਜਿਹੇ ਫੜਿਆ ਤੇ ਫਿਰ ਆਪਣੇ ਵੱਲ ਨੂੰ ਖਿੱਚਦੇ ਕਹਿਣ ਲੱਗੇ ਲੈ ਮੇਰਾ ਖਿਆਲ ਐ ਹੁਣ ਅਸੀਂ ਆਲੂਆਂ ਤੇ ਮਿਰਚਾਂ ਦੇ ਨਾਲ-ਨਾਲ ਰਾਤ ਦੇ ਖਾਣੇ ਸਮੇਂ ਹਾਲੇ ਗੱਲ ਉਹਦੇ ਮੂੰਹ 'ਚ ਹੀ ਸੀ ਕਿ ਉਸ ਸਟੂਲ ਤੇ ਖੜੀ ਖੜੀ ਹਿੱਲਣ ਲੱਗੀ। ਉਹਦੇ ਚਿਹਰੇ ਤੇ ਹੈਰਾਨੀ ਦੇ ਭਾਵ ਆਏ। ਉਹਦੀਆਂ ਭਵਾਂ ਤਣ ਗਈਆਂ ਪਰ ਉਹਨੇ ਸ਼ੀਸ਼ੇ ਦਾ ਮਰਤਬਾਨ ਹਾਲੇ ਵੀ ਘੁੱਟ ਕੇ ਫੜਿਆ ਸੀ। ਫਿਰ ਅਚਨ ਚੇਤੀ ਤਿਲਕ ਗਈ। ਸਟੂਲ ਖੜਕ ਕਰਦਾ ਹੋਇਆ ਇੱਕ ਪਾਸੇ ਨੂੰ ਡਿੱਗ ਪਿਆ। ਕੁਝ ਟੁੱਟਣ ਦੀ ਭਾਰੀ ਆਵਾਜ਼ ਆਈ ਤੇ ਕਮਲਾ ਦੀ ਮਾਂ ਚੁੱਪ ਹੋ ਗਈ। ਉਹਦੇ ਸਿਰ ਦੇ ਖੂਨ ਦਾ ਤਲਾਬ ਬਣ ਗਿਆ। ਅਚਾਰ ਵਾਲਾ ਸ਼ੀਸ਼ੇ ਦਾ ਮਰਤਬਾਨ ਵੀ ਟੁੱਟ ਗਿਆ। ਸਰੋਂ ਦੇ ਤੇਲ ਦੀ ਖਲਕੀ ਜਿੱਤ ਹੈ ਖੂਨ ਵੱਲ ਨੂੰ ਵਧਣ ਲੱਗੀ। ਦੋਵੇਂ ਆਪਸ ਚ ਰਲ ਮਿਲ ਗਈਆਂ ਖੂਨ ਤੇ ਤੇਲ ਦੇ ਛੱਪੜ ਚ ਅੰਬ ਤੇ ਗਾਜਰਾਂ ਦੇ achar ਦੇ ਟੁਕੜੇ ਖਿਲਰੇ ਪਏ ਸਨ ਕਮਲਾ ਚੁੱਪਚੀਪੀਤੀ ਬੈਠੀ ਸੀ ਉਹਦਾ ਮੂੰਹ ਰਤਾਕੂ ਖੁੱਲਾ ਸੀ ਤੇ ਮੂੰਹ ਕੱਖਾਂ ਨਾਲ ਆਪਣੀ ਮਾਂ ਵੱਲ ਝਾਕ ਰਹੀ ਸੀ ਉਹਦੇ ਖੱਬੇ ਹੱਥ ਅੱਧਾ ਛਿੱਲਿਆ ਹੋਇਆ ਆਲੂ ਸੀ ਸੱਜੇ ਚ ਖੁੰਡਾ ਚਾਕੂ ਤੇ ਫਰਸ਼ ਤੇ ਆਲੂ ਦੀਆਂ ਛਿਲਕਾਂ 2 ਘੰਟੇ ਬਾਅਦ ਜਦੋਂ ਉਹਦਾ ਭਰਾ ਆਇਆ ਤਾਂ ਉਹਨੇ ਕਮਲਾ ਨੂੰ ਉਸੇ ਥਾਂ ਬੈਠੇ ਦੇਖਿਆ ਉਹਨੇ ਸਾਰਾ ਦ੍ਰਿਸ਼ ਦੇਖਿਆ ਜਿਹਨੂੰ ਦੇਖਦੇ ਸਾਰੀ ਉਹਦਾ ਗਲਾ ਭਰ ਆਇਆ ਉਨੇ ਕਮਲਾ ਦੇ ਹੱਥੋਂ ਚਾਕੂ ਫੜਿਆ ਉਹਨੂੰ ਨੇੜੇ ਹੀ ਰੰਦੀ ਆਪਣੀ ਭੂਆ ਨੂੰ ਸੱਦਣ ਲਈ ਭੇਜ ਦਿੱਤਾ ਪਹਿਲਾਂ ਤਾਂ ਕਮਲਾ ਬਿਲਕੁਲ ਹੀ ਨਾ ਹਿੱਲੀ ਫਿਰ ਉਹਦੇ ਭਰਾ ਨੇ ਹੰਝੂਆਂ ਭਰੀ ਆਵਾਜ਼ 'ਚ ਉਹਨੂੰ ਹਲਕਾ ਜਿਹਾ ਧੱਕਾ ਦਿੰਦੇ ਕਿ ਆ ਜਾ ਕਮਲਾ ਜਾ ਜਾ ਭੂਆ ਨੂੰ ਲੈ ਕੇ ਆ ਉਹਨੂੰ ਦੱਸੀ ਕਿ ਕੀ ਹੋਇਆ ਉਹ ਆ ਜਾਏਗੀ ਫਿਰ ਮੈਂ ਫੈਕਟਰੀ ਜਾ ਕੇ ਪਿਤਾ ਜੀ ਨੂੰ ਲੈ ਆਵਾਂਗਾ ਕਮਲਾ ਬਿਲਕੁਲ ਹੀ ਸਖਤੇ 'ਚ ਤੁਰਦੀ ਹੋਈ ਜਾਣੇ ਪਿਛਾਣੇ ਰਸਤੇੋਂ ਭੂਆ ਦੇ ਘਰ ਗਈ ਜਦੋਂ ਉੱਥੇ ਪਹੁੰਚੀ ਉਹ ਬਾਰ-ਬਾਰ ਕਹਿੰਦੀ ਰਹੀ ਕਿ achar ਵਾਲਾ bartan ਟੁੱਟ ਗਿਆ ਫਿਰ ਉਹਨੇ ਰੋਣਾ ਸ਼ੁਰੂ ਕਰਤਾ ਭੂਆ ਨੇ ਉਹਨੂੰ ਮੋਢਿਆਂ ਤੋਂ ਫੜਿਆ ਪੁੱਛਿਆ ਕਿ ਕੀ ਹੋਇਆ ਕਮਲਾ ਨੇ ਫਿਰ ਕਿ achar ਵਾਲਾ mart martban ਡਿੱਗ ਪਿਆ ਤੇ ਨਾਲ ਹੀ ਮਾਂ ਵੀ ਭੂਆ ਕਮਲਾ ਤੇ ਨਾਲ ਉਹਨਾਂ ਦੇ ਘਰ ਪਹੁੰਚੀ ਅਗਲੇ ਕੁਝ ਦਿਨ ਕਮਲਾ ਦੀ ਹਾਲਤ ਉਸੇ ਤਰ੍ਹਾਂ ਦੀ ਰਹੀ ਇੰਜ ਲੱਗਦਾ ਸੀ ਜਿਵੇਂ ਉਹਦੇ ਪਿਤਾ ਤੇ ਭਰਾ ਕਿਤੇ ਦੂਰ ਹੋਣ ਤੇ ਸੰਸਕਾਰ ਤੇ ਪੂਜਾ ਦਾ ਬੰਦੋਬਸਤ ਕਰ ਰਹੇ ਹੋਣ ਪੂਆ ਵੀ ਬਹੁਤ ਰੁਝੀ ਹੋਈ ਸੀ ਤੇ ਉਹਨੂੰ ਅਫਸੋਸ ਕਰਨ ਆਏ ਲੋਕਾਂ ਲਈ ਖਾਣੇ ਤੇ ਬਿਸਤਰਿਆਂ ਦਾ ਇੰਤਜ਼ਾਮ ਕਰਨਾ ਪੈਂਦਾ ਸੀ। ਕਮਲਾ ਸਾਰਾ ਦਿਨ ਉਹਦੀ ਮਦਦ ਕਰਦੀ ਰਹਿੰਦੀ, ਉਹ ਸਬਜ਼ੀਆਂ ਕੱਟਦੀ, ਬਿਸਤਰਿਆਂ ਦੀਆਂ ਤਿਆਹਾਂ ਲਾਉਂਦੀ। ਉਹ ਜਿਆ ਕਰਦੇ ਉਹਦੀਆਂ ਅੱਖਾਂ ਤੇ ਦਿਲ ਹਰ ਵੇਲੇ ਦੁੱਖਦੇ ਰਹਿੰਦੇ। ਉਹਦੀ ਭੂਆ ਕਹਿਣ ਲੱਗੀ, "ਹੁਣ ਤੇਰੀ ਮਾਂ ਤੋਂ ਬਾਅਦ ਤੈਨੂੰ ਹੀ ਘਰ ਦਾ ਧਿਆਨ ਰੱਖਣਾ ਪੈਣਾ। ਤੂੰ ਹੀ ਆਪਣੇ ਪਿਤਾ ਤੇ ਭਰਾ ਦਾ ਧਿਆਨ ਰੱਖਣਾ, ਠੀਕ ਹੈ? ਹੁਣ ਵੱਡੀਆਂ ਕੁੜੀਆਂ ਵਾਂਗ ਕੰਮ ਕਰਨਾ ਸ਼ੁਰੂ ਕਰ।" ਕਮਲਾ ਨੇ ਸਿਰ ਹਿਲਾਇਆ। ਆਪਣੀ ਮਾਂ ਦੀ ਥਾਂ ਉਹਨੇ ਕੰਮ ਕਰਨ ਨੂੰ ਜਾਣਾ ਸ਼ੁਰੂ ਕੀਤਾ ਕਮਲਾ ਦੀ ਮਾਂ ਵਾਂਗ ਭੂਆ ਵੀ ਵੱਡੇ ਘਰਾਂ 'ਚ ਖਾਣਾ ਪਕਾਉਣ ਤੇ ਸਫਾਈ ਕਰਨ ਦਾ ਕੰਮ ਕਰਦੀ ਸੀ ਉਹਨਾਂ ਨੇ ਕਮਲਾ ਨੂੰ ਆਪਣੇ ਨਾਲ ਰੱਖ ਲਿਆ ਤੇ ਉਹਨੂੰ ਵੀ ਉਹਨਾਂ ਹੀ ਘਰਾਂ 'ਚ ਲੈ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਜਾਇਆ ਕਰਦੀ ਸੀ ਕਮਲਾ ਨੇ ਬਹੁਤ ਛੇਤੀ ਕੰਮ ਸਿੱਖ ਲਿਆ ਉਹ ਬੜੀ ਚੁਸਤੀ ਨਾਲ ਫਰਸ਼ ਤੇ ਪੋਚੇ ਮਾਰਦੀ ਝਾੜੂ ਨਾਲ ਮੰਜਿਆਂ ਦੇ ਹੇਠੋਂ ਕੂੜਾ ਸੰਭਰਦੀ ਹੇਠਲੇ ਕੋਨਿਆਂ ਤੱਕ ਪਹੁੰਚਣ ਲਈ ਫਰਸ਼ ਤੇ ਲਗਭਗ ਲੇਟ ਹੀ ਜਾਂਦੀ ਤੇ ਸੋਫਿਆਂ ਦੇ ਪਿੱਛੇ ਉਂਗਲੀਚਿਆਂ ਦੇ ਹੇਠੋਂ ਵੀ ਸਾਫ਼ ਕਰਦੀ ਉਹ ਰਸੋਈ ਦੀਆਂ ਸ਼ੈਲਫਾਂ ਚੰਗੀ ਤਰ੍ਹਾਂ ਸਾਫ਼ ਕਰਦੀ ਤੇਲ ਤੇ ਸਬਜ਼ੀਆਂ ਦੇ ਨਿਸ਼ਾਨ ਗਿੱਲੇ ਕੱਪੜੇ ਨਾਲ ਰਗੜ ਰਗੜ ਕੇ ਦੂਰ ਕਰਦੀ ਫਿਰ ਉਹ ਰਸੋਈ ਦੇ ਸਿੰਕ ਸਾਫ਼ ਕਰਦੀ ਸਿੰਕ ਵਿੱਚਲੀ ਜਾਲੀ ਨੂੰ ਰੋਕ ਰਹੇ ਪੱਤੇਆਂ ਤੇ ਖਾਣੇ ਦੀ ਰਹਿੰਦ ਖੂੰਦ ਨੂੰ ਕੱਢਦੀ ਉਹ ਗੰਡੇ ਅਦਰਕ ਤੇ ਟਮਾਟਰ ਕੱਟਦੀ ਤੇ ਉਹਨਾਂ ਨੂੰ ਤਰਤੀਬ ਨਾਲ ਰੱਖ ਕੇ ਉਹਨਾਂ ਤੇ ਸਟੀਲ ਦੀਆਂ ਪਲੇਟਾਂ ਦੇ ਦਿੰਦੀ ਤਾਂ ਕਿ ਖਾਣਾ ਬਣਾਉਣ ਸਮੇਂ ਘਰ ਦੀ ਮਾਲਕਨ ਉਹਨਾਂ ਦੀ ਵਰਤੋਂ ਕਰ ਸਕੇ ਉਦੇ ਮਾਲਕ ਉਹ ਤੋਂ ਬਹੁਤ ਖੁਸ਼ ਸਨ ਤੇ ਛੇਤੀ ਉਹਨੇ ਮਹੀਨੇ ਦੇ 100 ਰੁਪਏ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਘਰ 'ਚ ਵੀ ਉਹ ਕੱਲਿਆਂ ਹੀ ਖਾਣਾ ਬਣਾਉਂਦੀ। ਉਨੀ ਦੇਰ ਤੱਕ ਦੋਵੇਂ ਫਰਾਕਾਂ ਨੂੰ ਵਾਰੀ-ਵਾਰੀ ਪਾਉਂਦੀ ਰਹੀ ਜਦ ਤੱਕ ਕਿ ਛੋਟੀਆਂ ਨਾ ਹੋ ਗਈਆਂ ਤੇ ਫਿਰ ਉਹਨੇ ਸਲਵਾਰ ਕਮੀਜ਼ ਪਹਿਨਣੀ ਸ਼ੁਰੂ ਕਰ ਦਿੱਤੀ। ਜਦੋਂ 14 ਸਾਲ ਦੀ ਹੋਈ ਤਾਂ ਉਹਦੇ ਪਿਤਾ ਨੇ ਸ਼ਾਦੀ ਕਰ ਲਈ ਤੇ ਉਹਦੀ ਪਤਨੀ ਨੇ ਘਰ 'ਚ ਆਪਣੀ ਥਾਂ ਪੱਕੀ ਕਰਨ ਲਈ ਰਸੋਈ ਦਾ ਕੰਮ ਆਪ ਸੰਭਾਲ ਲਿਆ। ਅਜਿਹਾ ਕਰਦੇ ਹੋਏ ਘਰ 'ਚ ਕਮਲਾ ਦਾ ਰੁਤਬਾ ਦੂਜੇ ਨੰਬਰ ਤੇ ਜਾ ਗਿਆ। ਉਹ ਭਾਬੀ ਫੈਸਲਾ ਕਰਦੀ ਸੀ ਕੀ ਪਕਾਉਣਾ ਹੈ ਉਹ ਸਾਰੇ ਸਮਾਨ ਤੇ ਨਜ਼ਰ ਰੱਖਦੀ ਆਪਣੇ ਤਰੀਕੇ ਨਾਲ ਰਸੋਈ ਬਣਾਉਂਦੀ ਕਮਲਾ ਨੇ ਸਬਜ਼ੀਆਂ ਕੱਟਣ ਸਾਫ਼ ਕਰਨ ਤੇ ਭਾਬੀ ਵੱਲੋਂ ਕਹੇ ਹੋਏ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਦੋਂ 16 ਸਾਲ ਦੀ ਉਮਰ 'ਚ ਕਮਲਾ ਦੀ ਚੰਦਰ ਨਾਲ ਸ਼ਾਦੀ ਹੋਈ ਉਦੋਂ ਚਮਕੀਲੀਆਂ ਅੱਖਾਂ ਵਾਲੀ ਬੜੀ ਖੂਬਸੂਰਤ ਕੁੜੀ ਸੀ ਜਿਹੜੀ ਹਰ ਸਮੇਂ ਖੁਸ਼ ਰਹਿੰਦੀ ਸੀ ਪਰ ਕਦੇ-ਕਦੇ ਅਚਨਚੇਤ ਉਦਾਸ ਹੋ ਜਾਂਦੀ ਜਿਹਨੂੰ ਉਹਦੇ ਪਰਿਵਾਰ ਵਾਲੇ ਕਦੇ ਵੀ ਨਹੀਂ ਸੀ ਸਮਝ ਸਕੇ ਕਦੇ-ਕਦੇ ਉਹਦਾ ਮੂਡ ਐਸਾ ਹੋ ਜਾਂਦਾ ਵੀ ਕਿਸੇ ਨਾਲ ਵੀ ਗੱਲ ਨਾ ਕਰਦੀ। ਕਦੇ-ਕਦੇ ਉਹ ਆਪਣੇ ਆਪ ਚ ਗੁੰੰਗਣਾਉਂਦੀ ਰਹਿੰਦੀ ਜਾਂ ਫਿਰ ਪਾਪਲੀਨ ਦੇ ਨਾ ਟੁਕੜਿਆਂ ਤੇ ਫੁੱਲ ਕੱਟਦੀ ਰਹਿੰਦੀ ਜਿਹੜੇ ਉਹਦਾ ਭਰਾ ਕੱਪੜਿਆਂ ਦੀ ਉਸ ਫੈਕਟਰੀ ਤੋਂ ਲੈ ਕੇ ਆਉਂਦਾ ਸੀ ਜਿਸ 'ਚ ਕੱਪੜੇ ਕੱਟਣ ਤੇ ਸਿਲਾਈ ਕਰਨ ਦਾ ਕੰਮ ਕਰਦਾ ਸੀ। ਜਦੋਂ ਉਹਦਾ ਮੂਡ ਇਸ ਤਰ੍ਹਾਂ ਦਾ ਹੁੰਦਾ ਤਾਂ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੰਦੀ ਇੱਥੋਂ ਤੱਕ ਕਿ ਸਿਰ ਵੀ ਨਾ ਹਿਲਾਉਂਦੀ। ਇਸ ਨਾਲ ਉਹਦੇ ਪਰਿਵਾਰ ਵਾਲੇ ਬਹੁਤ ਦੁਖੀ ਹੁੰਦੇ ਪਰ ਕਿਉਂਕਿ ਇਹਦਾ ਕੋਈ ਨੁਕਸਾਨ ਨਹੀਂ ਸੀ ਹੁੰਦਾ ਇਸ ਲਈ ਉਹ ਅਕਸਰ ਇਹਦੀ ਪਰਵਾਹ ਨਾ ਕਰਦੇ ਸਮਝਦੇ ਕਿ ਅਜੇ ਆ ਜਵਾਨ ਹੋ ਰਹੀ ਕੁੜੀ ਲਈ ਹੋਣਾ ਕੁਦਰਤੀ ਹੁੰਦਾ ਹੈ ਹੁਣ ਉਹ ਖਿਆਲ ਸੀ ਸ਼ਾਦੀ ਹੋਣ ਤੋਂ ਬਾਅਦ ਉਹ ਠੀਕ ਹੋ ਜਾਏਗੀ ਕਮਲਾ ਹੁਣ ਖਾਣਾ ਬੜਾ ਚੰਗਾ ਬਣਾਉਣ ਲੱਗ ਪਈ ਤਿੰਨ ਘਰਾਂ 'ਚ ਜਾ ਕੇ ਕੰਮ ਕਰਦੀ ਹਰ ਰੋਜ਼ ਦਾਲਾਂ ਤੇ ਸਬਜ਼ੀਆਂ ਰੰਨਦੀ ਛੋਲੋ ਬਾਲਦੀ ਭਾਂਡੇ ਸਾਫ਼ ਕਰਦੀ ਹੁਣ ਉਹ 400 ਰੁਪਏ ਮਹੀਨਾ ਕਮਾਉਂਦੀ ਸੀ ਇਸ ਤੋਂ ਬਿਨਾ ਉਹਨੂੰ ਗ੍ਰਹਿਣੀਆਂ ਵੱਲੋਂ ਪੁਰਾਣੇ ਕੱਪੜੇ ਮਿਲਦੇ ਚਿੱਟੇ ਪੇਂਟ ਵਾਲੇ ਵੱਡੇ ਸਾਰੇ ਮਕਾਨ 'ਚ ਇੱਕ ਡੰਗ ਦਾ ਖਾਣਾ ਵੀ ਮਿਲਦਾ ਸੀ ਤੇ ਉਸ ਖੂਬਸੂਰਤ ਮਕਾਨ 'ਚ ਜ਼ਿਆਦਾ ਕੱਪ ਮਿਲਦਾ ਸੀ ਜਿਹਦੇ ਗੇਟ ਤੇ ਬੋਗਨਵੈਲਾ ਦੀ ਖੂਬਸੂਰਤ ਵੇਲ ਚੜੀ ਸੀ ਇਹਨਾਂ ਸਾਰੇ ਘਰਾਂ ਤੋਂ ਉਹਨੂੰ ਹਰੇਕ ਦੀਵਾਲੀ ਤੇ 20 ਰੁਪਏ ਫालतू ਵੀ ਮਿਲਦੇ ਨਾਲ ਹੀ ਮਠਿਆਈਆਂ ਵੀ ਤੇ ਕਦੇ-ਕਦੇ ਉਹ ਕਿਸੇ ਘਰੋਂ ਦੋ ਬਚੀਆਂ ਹੋਈਆਂ ਚਪਾਤੀਆਂ ਤੇ ਅੰਬ ਦੇ ਆਚਾਰ ਦੀਆਂ ਦੋ ਫਾੜੀਆਂ ਵੀ ਲੈ ਆਉਂਦੀ ਇੱਕ ਦਿਨ ਜਦੋਂ ਕਿਸੇ ਵੱਡੇ ਮਕਾਨ 'ਚ ਫਰਸ਼ ਸਾਫ਼ ਕਰ ਰਹੀ ਸੀ ਤਾਂ ਕਮਲਾ ਨੇ ਫਰਸ਼ ਤੇ ਲਾਲ ਰੰਗ ਦਾ ਇੱਕ ਖੂਬਸੂਰਤ ਮੋਤੀ ਦੇਖਿਆ ਚਮਕ ਰਿਹਾ ਸੀ ਇਸ ਤੇ ਧਾਗਾ ਪਾਉਣ ਲਈ ਆਰ ਪਾਰ ਮੋਰੀ ਕੀਤੀ ਸੀ ਉਹਦੇ ਸੱਜੇ ਹੱਥ 'ਚ ਝਾੜੂ ਫੜਿਆ ਸੀ ਉਹ ਇੱਕਦਮ ਰੁਕ ਗਿਆ ਉਹਨੇ ਬੈਠੀ ਬੈਠੀ ਨਹੀਂ ਖੱਬੇ ਹੱਥ ਨਾਲ ਮੋਤੀ ਚੁੱਕ ਲਿਆ ਉਹਨੇ ਖਿੜਕੀ 'ਚ ਆ ਰਹੀ ਰੋਸ਼ਨੀ 'ਚ ਰੱਖ ਕੇ ਇਹਨੂੰ ਦੇਖਿਆ ਬਹੁਤ ਚਮਕੀਲਾ ਸੀ ਤੇ ਕਮਲਾ ਮੁਸਕਰਾ ਪਈ ਉਹਦੀ ਮਾਲਕਣ ਬੜੇ ਚੰਗੇ ਸੁਭਾਅ ਦੀ ਔਰਤ ਸੀ ਉਹ ਬਹੁਤ ਸਮਾਂ ਕੇਬਲ ਚੈਨਲ ਤੇ ਆਉਂਦੀਆਂ ਫਿਲਮਾਂ ਦੇਖਣ 'ਚ ਬਤਾਉਂਦੀ ਸੀ ਉਹਨੇ ਟੈਲੀਵਿਜ਼ਨ ਤੋਂ ਆਪਣਾ ਧਿਆਨ ਹਟਾਉਂਦੇ ਪੁੱਛਿਆ ਇਹ ਕਮਲਾ ਤੂੰ ਮੁਸਕਰਾ ਕਿਉਂ ਰਹੀ ਹੈ ਐ ਮੋਤੀ ਬੀਬੀ ਜੀ ਇਹ ਬਹੁਤ ਸੁੰਦਰ ਹੈ ਬਹੁਤ ਹੀ ਸੁੰਦਰ ਔਰਤ ਮੁਸਕਰਾਈ ਅੱਛਾ ਏ ਇਹਦਾ ਬਹੁਤ ਸਸਤਾ ਹੈ ਮੇਰੀ ਬੇਟੀ ਨੇ ਆਪਣੀਆਂ ਗੁੱਡੀਆਂ ਲਈ ਹਾਰ ਬਣਾਉਣ ਲਈ ਇਹਨਾਂ ਦਾ ਡੱਬਾ ਖਰੀਦਿਆ ਸੀ ਉਹਦਾ ਕੰਮ ਪੂਰਾ ਹੋ ਗਿਆ ਬੜੇ ਮੁਰਖਾਂ ਵਾਲੇ ਕੰਮ ਕਰਦੀ ਹੈ ਕਦੇ ਵੀ ਪੜ੍ਹਾਈ ਨਹੀਂ ਕਰਦੀ ਪਤਾ ਨਹੀਂ ਉਹਦਾ ਕੀ ਬਣੇਗਾ ਅੱਜ ਕੱਲ ਤਾਂ ਸ਼ਾਦੀ ਕਰਾਉਣ ਲਈ ਵੀ ਬੀਏ ਦੀ ਡਿਗਰੀ ਚਾਹੀਦੀ ਹੈ ਫਿਰ ਉਹ ਸੋਮਤੀ ਵੱਲ ਆਉਂਦੇ ਹੋਏ ਕਮਲਾ ਨੂੰ ਕਿਹਾ ਬਾਕੀ ਦੇ ਮੋਤੀ ਹਾਲੇ ਵੀ ਕਿਤੇ ਪਏ ਐ ਇਹ ਤਾਂ ਕਈ ਸਾਲਾਂ ਤੋਂ ਇੱਥੇ ਪਏ ਰਹਿਣਗੇ ਕੀ ਤੈਨੂੰ ਚਾਹੀਦੇ ਐ ਕਮਲਾ ਨੇ ਹਾਂ ਚ ਸਿਰ ਹਿਲਾਇਆ ਔਰ ਥੋੜੀ-ਥੋੜੀ ਉੱਠੀ ﺍﻟमारी ਤੱਕ ਗਈ ਗੱਤੇ ਦਾ ਇੱਕ ਡੱਬਾ ਲੈ ਕੇ ਆਈ ਇਹ ਡੱਬਾ ਉਹਨੇ ਕਮਲਾ ਨੂੰ ਦੇ ਦਿੱਤਾ ਕਮਲਾ ਨੇ ਡੱਬਾ ਖੋਲਿਆ ਚਮਕੀਲੇ ਲਾਲ ਮੋਤੀਆਂ ਨਾਲ ਡੱਬਾ ਭਰਿਆ ਪਿਆ ਸੀ ਤੇ ਬਹੁਤ ਚਮਕਦਾਰ ਸਨ ਇਹਨਾਂ ਦਾ ਸ਼ੀਸ਼ਾ ਬੜਾ ਸਾਫ਼ ਤੇ ਲਿਸ਼ਕਵਾਨ ਸ਼ੁਕਰੀਆ ਬੀਬੀ ਜੀ ਕਮਲਾ ਨੇ ਚਮਕਦੀਆਂ ਅੱਖਾਂ ਨਾਲ ਇਹ ਡੱਬਾ ਆਪਣੀ ਛਾਤੀ ਨਾਲ ਘੁੱਟਦੇ ਹੋਏ ਖੁਸ਼ੀ-ਖੁਸ਼ੀ ਕਿਆ ਖੁਸ਼ ਹਾਂ ਤੇ ਫਿਰ ਅੱਜ ਤੱਕ ਆਪਣੇ ਚੰਗੀ ਤਰ੍ਹਾਂ ਸਾਫ਼ ਕਰੇਗੀ ਕੱਲ ਸਫੈਦ ਕਮੀਜ਼ ਚੰਗੀ ਤਰ੍ਹਾਂ ਸਾਫ਼ ਨਹੀਂ ਸੀ ਹੋਈ ਬੀਬੀ ਜੀ ਉਹ ਤਾਂ ਹਲਦੀ ਦਾ ਨਿਸ਼ਾਨ ਸੀ ਜਿੰਨੋਂ ਮਰਜ਼ੀ ਰਗੜ ਲਓ ਇਹ ਨਿਸ਼ਾਨ ਨਹੀਂ ਜਾਂਦੇ ਉਸ ਸ਼ਾਮ ਕਮਲਾ ਸੂਈ ਧਾਗਾ ਲੈ ਕੇ ਲਾਲ ਮੋਤੀਆਂ ਦਾ ਹਾਰ ਬਣਾ ਰਹੀ ਸੀ ਜਦੋਂ ਉਹਦਾ ਪਿਤਾ ਸਾਬਣ ਫੈਕਟਰੀ ਤੋਂ ਘਰ ਪਰਤੇ ਆ ਉਹ ਅਕਸਰ ਹੀ ਜਦੋਂ ਘਰ ਆਉਂਦਾ ਸੀ ਤਾਂ ਥੱਕਿਆ ਹੋਇਆ ਹੁੰਦਾ ਸੀ ਉਨੀ ਦੇਰ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਜਦ ਤੱਕ ਉਹਦੀ ਨੂ ਉਸ ਲਈ ਚਾਹ ਦਾ ਕੱਪ ਨਾ ਲੈ ਆਵੇ ਪਰ ਅਜੋਨੇ ਤਿੰਨ ਡੱਬਿਆਂ ਵਾਲਾ ਟਿਫਨ ਜਿਹੜਾ ਕਿ ਕਮਲਾ ਉਹਨੂੰ ਹਰ ਰੋਜ਼ ਦਿਆ ਕਰਦੀ ਸੀ ਰੱਖਿਆ ਤੇ ਸਾਰੇ ਪਰਿਵਾਰ ਨੂੰ ਆਵਾਜ਼ ਮਾਰੀ। ਉਹਦਾ ਭਰਾ ਕੁਝ ਮਿੰਟ ਪਹਿਲਾਂ ਹੀ ਵਾਪਸ ਪਰਤਿਆ ਸੀ। ਉਹਦਾ ਭਰਾ ਆਪਣੇ ਪਿਤਾ ਕੋਲ ਆਇਆ। ਉਹ ਸੋਚ ਰਿਹਾ ਸੀ ਕਿਤੇ ਪੈਸਿਆਂ ਦਾ ਕੋਈ ਮਾਮਲਾ ਨਾ ਹੋਵੇ। ਉਸ ਤੋਂ ਬਾਅਦ ਉਹਦੀ ਪਤਨੀ ਆਪਣੀਆਂ ਬਾਹਾਂ 'ਚ ਬੱਚੇ ਨੂੰ ਚੁੱਕੀ ਆ ਗਈ। ਕਮਲਾ ਉੱਥੇ ਬੈਠੀ ਰਹੀ ਤੇ ਉਹਦੇ ਹੱਥਾਂ 'ਚ ਸੂਈ, ਧਾਗਾ ਤੇ ਉਹਦੀ ਗੋਦੀ 'ਚ ਲਾਲ ਰੰਗ ਦੇ ਮੋਤੀ ਪਏ ਰਹੇ। ਫਿਰ ਸਾਰੇ ਪਰਿਵਾਰ ਨੂੰ ਕਮਲਾ ਦੇ ਪਿਤਾ ਜੀ ਨੇ ਦੱਸਿਆ ਕਿ ਉਹਨੇ ਕਮਲਾ ਦੀ ਸ਼ਾਦੀ ਆਪਣੇ ਨਾਲ ਕੰਮ ਕਰਦੇ ਇੱਕ ਸਾਥੀ ਦੇ بیٹے ਨਾਲ ਤੈਅ ਕਰ ਦਿੱਤੀ ਹੈ। ਕਮਲਾ ਦਾ ਭਰਾ ਮੁਸਕਰਾਇਆ ਉਹਦੀ ਭਾਬੀ ਨੇ ਆ ਕੇ ਕਮਲਾ ਨੂੰ ਜੱਫੀ ਪਾ ਲਈ ਤੇ ਸਾਰੇ ਜਣੇ ਖੁਸ਼ ਹੋ ਗਏ। ਕਮਲਾ ਵੀ ਮੁਸਕਰਾਉਣ ਲੱਗੀ। ਉਹ ਕਈ ਦਿਨਾਂ ਤੋਂ ਇਸ ਗੱਲ ਦੀ ਆਸ ਕਰ ਰਹੀ ਸੀ। ਇਸ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ। ਹਰ ਕੁੜੀ ਦੀ ਪਰਵਰਿਸ਼ ਇਸ ਤਰ੍ਹਾਂ ਹੁੰਦੀ ਹੈ ਤੇ ਉਹ ਜਾਣਦੀਆਂ ਹੁੰਦੀਆਂ ਕਿ ਇੱਕ ਦਿਨ ਸ਼ਾਦੀ ਹੋਣੀ ਹੈ ਤੇ ਕਮਲਾ ਇਸ ਲਈ ਤਿਆਰ ਸੀ। ਫਿਰ ਉਹਦੇ ਪਿਤਾ ਨੇ ਤੇ ਭਰਾ ਨੇ ਸ਼ਾਦੀ ਦੇ ਬੰਦੋਬਸਤਾਂ ਬਾਰੇ ਸਲਾ ਕਰਨੀ ਸ਼ੁਰੂ ਕਰ ਦਿੱਤੀ ਜਦਕਿ ਕਮਲਾ ਤੇ ਉਹਦੀ ਭਾਬੀ ਚਾਹ ਬਣਾਉਣ ਲਈ ਰਸੋਈ 'ਚ ਚਲੀਆਂ ਗਈਆਂ ਕਮਲਾ ਚੁੱਪ ਸੀ ਕਿਉਂਕਿ ਚੁੱਪ ਰਹਿਣਾ ਹੀ ਠੀਕ ਸੀ ਤੇ ਭਾਬੀ ਕਈ ਐਸੀਆਂ ਗੱਲਾਂ ਕਰ ਰਹੀ ਸੀ ਜਿਨ੍ਹਾਂ ਨੂੰ ਕਮਲਾ ਬਿਲਕੁਲ ਹੀ ਸੁਣਨੀ ਸੀ ਰਹੀ ਮਗਰੋਂ ਜਦੋਂ ਸਾਰੇ ਜਣੇ ਰਾਤ ਨੂੰ ਸੌਣ ਲੱਗੇ ਤਾਂ ਬੱਲਬ ਦੀ ਰੌਸ਼ਨੀ 'ਚ ਬੈਠ ਕੇ ਸ਼ੀਸ਼ੇ ਦੇ ਮੋਤੀ ਫੇਰ ਪਰੋਣ ਲੱਗ ਪਏ ਸ਼ਾਦੀ ਤਾਂ ਹਰ ਇੱਕ ਦੀ ਹੁੰਦੀ ਹੈ ਪਰ ਲਾਲ ਮੋਤੀ ਕਿਸੇ ਕਿਸੇ ਦੇ ਹਿੱਸੇ ਹੁੰਦੇ ਆ ਪਰ ਉਹਦੀ ਸ਼ਾਦੀ ਤੋਂ ਇੱਕ ਹਫ਼ਤਾ ਪਹਿਲਾਂ ਹੀ ਛਖੜ ਝੁੱਲ ਪਿਆ ਜਦੋਂ ਉਹਨੂੰ ਪਤਾ ਲੱਗਾ ਕਿ ਜਿਸ ਆਦਮੀ ਨੇ ਉਹਦਾ ਪਤੀ ਬਣਨਾ ਜਿਸ ਆਦਮੀ ਨੂੰ ਉਹਨੇ ਕਦੀ ਨਹੀਂ ਦੇਖਿਆ ਤੇ ਜਿਸ ਵਿੱਚ ਉਹਦੀ ਕੋਈ ਦਿਲਚਸਪੀ ਨਹੀਂ ਸੀ ਉਹ ਅਮਰੇਸਰ ਚ ਰਹਿੰਦਾ ਤੇ ਕੰਮ ਕਰਦਾ ਸੀ ਉਹਨੂੰ ਉੱਥੇ ਹੀ ਜਾਣਾ ਪੈਣਾ ਸੀ ਇਹ ਸੁਣਦੇ ਸਾਰ ਕਮਲਾ ਰੋਣ ਲੱਗ ਪਈ ਰੋਂਦੀ ਰੋਂਦੀ ਉਹਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਸ਼ਾਦੀ ਨਹੀਂ ਕਰਾਏਗੀ ਉਹਦੀ ਭਾਬੀ ਨੇ ਉਹਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਪਰ ਕਮਲਾ ਨੇ ਆਪਣੇ ਦੁਆਲੇ ਵਲੀਆਂ ਭਾਬੀ ਦੀਆਂ ਬਾਹਾਂ 'ਵਾਂ ਪਰੇ ਕਰ ਦਿੱਤੀਆਂ ਉਹਦੇ ਪਿਤਾ ਨੇ ਉਹਨੂੰ ਨਰਮੀ ਨਾਲ ਕਿਹਾ ਕਿ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹੁਣ ਤਾਂ ਸਾਰੇ ਬੰਦੋਬਸਤ ਮੁਕੰਮਲ ਹੋ ਚੁੱਕੇ ਐ ਉਹਨੇ ਕਿ ਚੰਗੀ ਪਤਨੀ ਬਣਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਕਮਲਾ ਸ਼ਾਂਤ ਹੋ ਗਈ ਜਾਣਦੀ ਸੀ ਉਹਦਾ ਪਿਤਾ ਠੀਕ ਕਹਿ ਰਿਹਾ ਸੀ। ਫਿਰ ਵੀ ਉਹ ਚਿੰਤਤ ਰਹੀ ਉਹਨੇ ਇਹ ਭਰਮ ਪਾਲ ਲਿਆ ਸੀ ਕਿ ਉਹਦੇ ਹੋਣ ਵਾਲੇ ਪਤੀ ਦਾ ਨਾਮ ਚੰਦਰ ਸੀ ਜਿਹਦਾ ਜਿਹਦੇ ਮਾਤਾ ਪਿਤਾ ਵੀ ਜੰਡਿਆਲੇ 'ਚ ਰਹਿੰਦੇ ਸੀ ਜਦ ਖੇ ਚੰਦਰ ਅੰਮ੍ਰਿਤਸਰ 'ਚ ਕੰਮ ਕਰਦਾ ਸੀ। ਉਹ ਕਦੇ ਵੀ ਜੰਡਿਆਲੇ ਤੋਂ ਬਾਹਰ ਨਹੀਂ ਸੀ ਗਈ ਤੇ ਆਪਣੇ ਪਰਿਵਾਰ ਤੋਂ ਦੂਰ ਇਕੱਲੇ ਆਈ ਕ ਜਨਬੀ ਨਵੇਂ ਸ਼ਹਿਰ 'ਚ ਰਹਿਣ ਬਾਰੇ ਸੋਚਣ ਤੇ ਉਹ ਡਰ ਗਈ ਸੀ। ਉਹ ਬਾਹਰਲੇ ਸੰਸਾਰ ਬਾਰੇ ਬਹੁਤ ਘੱਟ ਜਾਣਦੀ ਸੀ। ਜਿਨ੍ਹਾਂ ਲੋਕਾਂ ਦੇ ਘਰੋਂ ਕੰਮ ਕਰਦੀ ਸੀ ਉਹਨਾਂ ਤੋਂ ਇਲਾਵਾ ਉਹ ਸਿਰਫ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹੀ ਜਾਣਦੀ ਸੀ ਜਿਹੜੇ ਉਹਨਾਂ ਦੇ ਘਰ ਮਿਲਣ ਆਉਂਦੇ ਸਨ ਉਹਦੇ ਪਿਤਾ ਨੇ ਸੰਸਾਰ ਦੀਆਂ ਬੁਰਾਈਆਂ ਤੋਂ ਉਹਨੂੰ ਬੜੇ ਧਿਆਨ ਨਾਲ ਲੱਗ ਰੱਖਿਆ ਸੀ ਉਹ ਸਦਾ ਹੀ ਡਰਦਾ ਰਿਹਾ ਸੀ ਕਿ ਮਾਂ ਦੇ ਨਾ ਹੋਣ ਕਰਕੇ ਕਮਲਾ ਕਿਤੇ ਵਿਗੜਨਾ ਜਾਏ ਇਹ ਛੋਟਾ ਜਿਹਾ ਘਰ ਹੀ ਉਹਦਾ ਅਸਲੀ ਸੰਸਾਰ ਸੀ ਐਸਾ ਸੁਰੱਖਿਅਤ ਸੰਸਾਰ ਜਿੱਥੇ ਉਹ ਹਰ ਰੋਜ਼ ਕੰਮ ਕਰਨ ਤੋਂ ਬਾਅਦ ਵਾਪਸ ਪਰਤਦੀ ਸੀ ਦੋ ਛੋਟੇ ਜਿਹੇ ਕਮਰੇ ਸਨ ਇਕ ਕਮਰੇ ਚ ਉਹਦਾ ਭਰਾ ਆਪਣੀ ਪਤਨੀ ਨਾਲ ਰਹਿੰਦਾ ਸੀ। ਉਹਨਾਂ ਦੇ ਕੁਝ ਸਮਾਂ ਪਹਿਲਾਂ ਹੀ ਇੱਕ ਬੇਟਾ ਪੈਦਾ ਹੋਇਆ ਸੀ। ਉਹਨਾਂ ਨੂੰ ਕਮਰਾ ਚਾਹੀਦਾ ਸੀ। ਦੂਜਾ ਕਮਰਾ ਤਾਂ ਬਸ ਛੋਟਾ ਜਿਹਾ ਹੀ ਸੀ ਜਿਸ ਚੋਂ ਦੇ ਪਿਤਾ ਦੇ ਮੰਜੇ ਤੇ ਪਾਣੀ ਵਾਲੇ ਘੜੇ ਜੁੱਗੀ ਹੀ ਥਾਂ ਸੀ। ਕਮਲਾ ਰਸੋਈ ਦੇ ਕੋਨੇ ਚ ਸੌਂਦੀ ਸੀ। ਉਹਨੇ ਉੱਥੇ ਬਾਣ ਦੀ ਮੰਜੀ ਢਾਈ ਹੋਈ ਸੀ ਜਿਸ ਤੇ ਹਰੇ ਰੰਗ ਦੀ ਚਾਦਰ ਵਿਛੀ ਸੀ ਜਿਹਨੂੰ ਕਦੇ-ਕਦੇ ਆਪਣੇ ਉੱਪਰ ਵੀ ਲੈ ਲੈਂਦੀ ਸੀ। ਇਸ ਮੰਜੀ ਦੇ ਹੇਠਾਂ ਲੋਹੇ ਦਾ ਉਹ ਟਰੰਕ ਪਿਆ ਸੀ ਜਿਸ ਚੋਂ ਦਾ ਸਾਰਾ ਕੀਮਤੀ ਸਮਾਨ ਪਿਆ ਸੀ। ਇਹੀ ਉਹਦਾ ਸੰਸਾਰ ਸੀ ਉਹਦੀਆਂ ਸਾਰੀਆਂ ਮਨਪਸੰਦ ਵਸਤਾਂ ਉੱਥੇ ਹੀ ਟਿਕਾਈਆਂ ਸਨ ਹੁਣ ਇਹ ਸਾਰਾ ਕੁਝ ਖਤਮ ਹੋ ਜਾਏਗਾ ਉਹਨਾਂ ਦੀ ਥਾਂ ਨਵੀਆਂ ਚੀਜ਼ਾਂ ਨਾਲ ਵਾਪਰੇਗਾ ਉਤਸੁਕਤਾ ਦੀ ਥਾਂ ਉਹਦੇ ਮਨ ਅੰਦਰ ਡਰ ਪੈਦਾ ਹੋਣ ਲੱਗ ਪਿਆ ਸੀ ਉਹਦੇ ਪਿਤਾ ਭਰਾ ਤੇ ਪਰਜਾਈ ਤੇ ਚੰਦਰ ਦੇ ਮਾਤਾ ਪਿਤਾ ਨੇ ਜੰਡਿਆਲੇ ਵਿੱਚ ਹੀ ਰਹਿਣਾ ਸੀ ਉਹ ਅੰਮ੍ਰਿਤਸਰ ਚ ਇੱਕ ਅਜਨਬੀ ਬੰਦੇ ਦੇ ਨਾਲ ਇਕੱਲੀ ਹੋਏਗੀ ਇੱਕ ਬਿਲਕੁਲ ਹੀ ਅਜਨਬੀ ਘਰ 'ਚ ਉਹ ਕਈ ਰਾਤਾਂ ਤੱਕ ਜਾਗਦੀ ਪਈ ਰਹਿੰਦੀ ਤੇ ਆਪਣੇ ਮਨ ਚ ਇਹ ਵਾਕ ਨੂੰ ਨੀਂ ਦਿਰ ਦੁਹਰਾਉਂਦੀ ਰਹਿੰਦੀ ਜਦੋਂ ਤੱਕ ਉਹਦਾ ਸਿਰ ਦੁਖਣ ਲੱਗ ਪੈਂਦਾ ਆਖਰਕਾਰ ਉਹ ਇੱਕ ਦਿਨ ਉਹ ਚਿੰਤਾ ਤੋਂ ਵੀ ਅੱਕ ਗਈ ਉਹਨੂੰ ਪਤਾ ਸੀ ਇਸ ਮਾਮਲੇ 'ਚ ਕੁਝ ਵੀ ਨਹੀਂ ਕੀਤਾ ਜਾ ਸਕਦਾ ਤੇ ਕੁੜੀਆਂ ਨੂੰ ਸਮੇਂ ਤੇ ਹਾਲਾਤ ਮੁਤਾਬਕ ਢਲਣਾ ਹੀ ਪੈਂਦਾ ਹੈ ਉਹਨੇ ਪਾਸਾ ਪਰਤਿਆ ਤੇ ਸੌਂ ਗਈ ਇਸ ਤਰ੍ਹਾਂ ਇੱਕ ਦਿਨ ਕਮਲਾ ਦੀ ਚੰਦਰ ਨਾਲ ਸ਼ਾਦੀ ਹੋ ਗਈ ਮਗਰੋਂ ਉਹਨੂੰ ਆਪਣੇ ਸ਼ਾਦੀ ਵਾਲੇ ਦਿਨ ਦੀ ਜੇ ਕੋਈ ਗੱਲ ਸਭ ਤੋਂ ਵੱਧ ਚੇਤੇ ਰਹੀ ਸੀ ਤਾਂ ਉਹ ਚਾਰੇ ਪਾਸੇ ਫੈਲੀ ਹੋਈ ਲੱਡੂਆਂ ਦੀ ਮਹਿਕ ਸੀ ਪੀਲੇ ਰੰਗ ਦੇ ਮਿੱਠੇ ਮਿੱਠੇ ਲੱਡੂਆਂ ਦੇ ਢੇਰ ਲੋਹੇ ਦੀਆਂ ਪਰਾਤਾਂ 'ਚ ਲਾਏ ਗਏ ਸਨ। ਇਹ ਪੜਕੀਲੇ ਕੱਪੜੇ ਪਾ ਕੇ ਆਏ ਹੋਏ ਮਹਿਮਾਨਾਂ ਨੂੰ ਵਰਤਾਏ ਜਾ ਰਹੇ ਸਨ। ਗਵਾਂਢ ਦੇ ਬੱਚੇ ਖੀਂ-ਖੀਂ ਕਰਦੇ ਇਹਨਾਂ ਨੂੰ ਚੋਰੀ-ਚੁੱਕ ਕੇ ਖਾ ਰਹੇ ਸਨ। ਇਹਨਾਂ ਨੂੰ ਦੇਵਤਿਆਂ ਅੱਗੇ ਭੇਟ ਕੀਤਾ ਜਾ ਰਿਹਾ ਸੀ ਤੇ ਰਿਸ਼ਤੇਦਾਰਾਂ ਨੂੰ ਦੇਣ ਲਈ ਲਾਲ ਰੰਗ ਦੇ ਡੱਬਿਆਂ 'ਚ ਭਰੇ ਜਾ ਰਹੇ ਸਨ। ਸ਼ਾਦੀ ਵਾਲੇ ਦਿਨ ਇੱਕ ਛੋਟੀ ਜੀ ਕੁੜੀ ਤਾਂ ਕਮਲਾ ਲਈ ਵੀ ਇੱਕ ਲੱਡੂ ਚੁੱਕ ਕੇ ਉਸ ਕਮਰੇ 'ਚ ਲੈ ਆਈ ਸੀ ਜਿੱਥੇ ਉਹਦੀ ਭਾਬੀ ਤੇ ਭਰਾ ਸੌਂਦੇ ਸਨ ਤੇ ਜਿੱਥੇ ਉਹ ਖੋਣ ਬੈਠੀ ਸੀ। ਕਮਲਾ ਲਾਲ ਰੰਗ ਦੇ ਕੱਪੜੇ ਪਾਈ ਮਹਿੰਦੀ ਲੱਗੇ ਹੱਥਾਂ ਨੂੰ ਦੇਖ ਰਹੀ ਸੀ ਇੱਕ ਦਿਨ ਪਹਿਲਾਂ ਹੀ ਉਹ ਭਾਬੀ ਤੇ ਗਵਾਨ ਦੀਆਂ ਕੁੜੀਆਂ ਨੇ ਲੋਹੇ ਦੇ ਇੱਕ ਬਰਤਨ 'ਚ ਮਹਿੰਦੀ ਘੋਲੀ ਸੀ ਫਿਰ ਉਹਦੀ ਭਾਬੀ ਨੇ ਮਾਂਚ ਸੀਕਤੀਲੀ ਦਾ ਸਿਰਾ ਮਹਿੰਦੀ 'ਚ ਭਿਉ ਕੇ ਉਹਦੀਆਂ ਦੋਵਾਂ ਤਲੀਆਂ ਦੇ ਵਿੱਚ ਘਾਰ ਗੋਲ ਚੱਕਰ ਬਣਾਏ ਇਹਨਾਂ 'ਚ ਫਿਰ ਮਹਿੰਦੀ ਭਰਤੀ ਫਿਰ ਬਾਕੀ ਦੀਆਂ ਕੁੜੀਆਂ ਨੇ ਵਾਰੀ-ਵਾਰੀ ਦੰਧੀਆਂ ਕੱਟਦੇ ਹੋਏ ਉਹਦੀਆਂ ਉਂਗਲਾਂ ਦੇ ਪੋਟੇ ਮਹਿੰਦੀ ਨਾਲ ਭਰੇ ਸਨ ਇਸ ਮਹਿੰਦੀ ਨਾਲ ਉਹਦੀਆਂ ਤਲੀਆਂ ਤੇ ਗਹਿਰਾ ਸੰਤਰੀ ਰੰਗ ਚੜ ਗਿਆ ਸੀ। ਉਹਦੀਆਂ ਉਂਗਲਾਂ ਦੇ ਪੋਟੇ ਵੀ ਚਮਕ ਰਹੇ ਸਨ। ਮਨੀ ਮਨੂ ਸੋਚ ਰਹੀ ਸੀ ਕਿ ਉਹਦੀ ਭਾਬੀ ਨੂੰ ਕੋਈ ਵੱਖਰੀ ਕਿਸਮ ਦਾ ਵਧੀਆ ਡਿਜ਼ਾਈਨ ਬਣਾਉਣਾ ਚਾਹੀਦਾ ਸੀ। ਜਦੋਂ ਛੋਟੀ ਜੀ ਕੁੜੀ ਇੱਕ ਗੰਦੇ ਜਿਹੇ ਰੁਮਾਲ 'ਚ ਲਪੇਟ ਕੇ ਚੋਰੀ-ਚੋਰੀ ਲੱਡੂ ਲੈ ਕੇ ਆਈ। ਕਮਲਾ ਨੇ ਚੁੱਪ-ਚੁੱਪ ਹੀ ਤੇ ਇਹਨੂੰ ਫੜ ਲਿਆ। ਪਰ ਉਹ ਸਿਰਫ ਇਹਦੀ ਇੱਕ ਅੱਧੀ ਬੁਰਕੀ ਲੈ ਸਕੇ। ਸਾਰੇ ਪਾਸੇ ਲੱਡੂਆਂ ਦੀ ਮਹਿਕ ਫੈਲੀ ਹੋਈ ਸੀ। ਮਕਾਨ ਦੀ ਸਾਰੀ ਹਵਾ 'ਚ ਉਹਦੀ ਬਾਣ ਵਾਲੀ ਮੰਜੀ ਦੀ ਹਰੀ ਚਾਦਰ 'ਚ ਉਹਦੇ ਆਪਣੇ ਕੱਪੜਿਆਂ 'ਚ ਛੋਟੀ ਜਿਹੀ ਧੂਏ ਵਾਲੀ ਰਸੋਈ 'ਚ ਤੇ ਉਹਦੇ ਆਪਣੇ ਵਾਲਾਂ ਵਿੱਚ ਆਪਣੇ ਵਿਆਹ ਵਾਲੇ ਦਿਨ ਦੀ ਦੂਜੀ ਯਾਦ ਇਹ ਸੀ ਕਿ ਰੋਂਦੇ ਹੋਏ ਆਪਣੀ ਭੂਆ ਨੂੰ ਕਹਿ ਰਹੀ ਸੀ ਕਿ ਸ਼ਾਦੀ ਵਾਲੇ ਦਿਨ ਉਹਨੂੰ ਆਪਣੇ ਗਲ ਦੁਆਲੇ ਲਾਲ ਰੰਗ ਦੇ ਸ਼ੀਸ਼ੇ ਦੇ ਮੋਤੀਆਂ ਵਾਲੀ ਮਾਲਾ ਪੈਨਣ ਦਿੱਤੀ ਜਾਵੇ। ਉਹਦੀ ਭੂਆ ਨੇ ਨਾ ਕਰਤੀ ਸੀ। ਕਮਲਾ ਤੂੰ ਇਹ ਨਹੀਂ ਪਾਏਂਗੀ ਲੋਕ ਕੀ ਸੋਚਣਗੇ। ਕਮਲਾ ਨੇ ਲਗਭਗ ਰੋਂਦੇ ਹੋਏ ਕਿਹਾ ਸੀ ਪਰ ਭੂਆਏ ਤਾਂ ਮੇਰੀ ਕਮੀਜ਼ ਨਾਲ ਬਿਲਕੁਲ ਮੇਲ ਖਾਂਦੀ। ਉਹਨੇ ਉਸ ਦਿਨ ਸਾਦੇ ਚਮਕੀਲੇ ਸਿੰਥੈਟਿਕ ਕੱਪੜੇ ਵਾਲੀ ਲਾਲ ਸਲਵਾਰ ਕਮੀਜ਼ ਪਾਈ ਸੀ ਜਿਹੜੀ ਉਹਦੇ ਭਰਾ ਨੇ ਆਪਣੀ ਫੈਕਟਰੀ ਤੋਂ ਸਸਤੀ ਖਰੀਦੀ ਸੀ ਉਹਨੇ ਸਾਦਾ ਚੁੰਨੀ ਖਰੀਦੀ ਇਹਨੂੰ ਲਾਲ ਰੰਗਵਾਇਆ ਫਿਰ ਇਹਦੇ ਆਲੇ ਦੁਆਲੇ ਸੁਨਹਿਰੀ ਗੋਟਾ ਸੀ ਲਿਆ ਤਾਂ ਕਿ ਸ਼ਾਦੀ ਵਾਲੀ ਚੁੰਨੀ ਲੱਗ ਸਕੇ ਇਸ ਤੋਂ ਬਾਅਦ ਭਾਬੀ ਨੇ ਵੀ ਉਹਤੋਂ ਕੁਝ ਸੁਨਹਿਰੀ ਰੰਗ ਦੇ ਫੁੱਲ ਸੀ ਦਿੱਤੇ ਜਿਹੜੇ ਉਹਨੇ ਬਾਜ਼ਾਰੋਂ ਖਰੀਦੇ ਸੀ ਆਪਣੇ ਸਿਰ ਤੇ ਲਪੇਟੀ ਚਮਕੀਲੀ ਚੁੰਨੀ 'ਚ ਕਮਲਾ ਬਹੁਤ ਸੁੰਦਰ ਲੱਗ ਰਹੀ ਸੀ ਪਰ ਉਹ ਹਾਲੇ ਵੀ ਕੱਚ ਦੇ ਮੋਤੀਆਂ ਦੀ ਮਾਲਾ ਦੀ ਮੰਗ ਕਰ ਰਹੀ ਸੀ ਮੇਰਾ ਬੌਧ ਜੀ ਕਰਦਾ ਮਿੰਨਤ ਹੈ ਭੂਆ ਨਹੀਂ ਕਮਲਾ ਤੂੰ ਸਿਰਫ ਉਹੀ ਪਤਲੀ ਜੀ ਸੋਨੇ ਦੀ ਚੇਨ ਪਾਏਂਗੀ ਜਿਹੜੀ ਤੇਰੀ ਮਾਂ ਛੱਡ ਗਈ ਹੈ ਤੇ ਸੋਨੇ ਦੇ ਕੰਨਾਂ ਦੇ ਉਹ ਬੂੰਦੇ ਜਿਹੜੇ ਤੇਰੇ ਪਿਤਾ ਨੇ ਖਾਸ ਤੌਰ ਤੇ ਤੇਰੀ ਸ਼ਾਦੀ ਲਈ ਬਣਵਾਏ ਹੈ ਭਾਵੇਂ ਕੋਈ ਬਹੁਤੇ ਗਹਿਣੇ ਨਹੀਂ ਪਰ ਸਾਡੇ ਵਰਗੇ ਲੋਕਾਂ ਲਈ ਕਾਫੀ ਹੈ ਜੇ ਤੂੰ ਆਪਣੀ ਸ਼ਾਦੀ ਵਾਲੇ ਦਿਨ ਕੱਚ ਦੀ ਮਾਲਾ ਪਹਿਨ ਲਈ ਤੇ ਲੋਕ ਕੀ ਕਹਿਣਗੇ ਪਰ ਭੂਆ ਜੇ ਮੈਂ ਆਪਣੇ ਕੱਚ ਦੇ ਮੋਤੀ ਪਹਿਨ ਕੇ ਅੰਮ੍ਰਿਤਸਰ ਜਾਵਾਂ ਤੈਨੂੰ ਚੰਗਾ ਲੱਗੇਗਾ ਮੈਂ ਮਹਿਸੂਸ ਕਰਾਂਗੀ ਕਿ ਮੈਂ ਅਜੇ ਵੀ ਮੈਂ ਹੀ ਹਾਂ ਕਮਲਾ ਨੇ ਇਹ ਗੱਲ ਕਹੀ ਤਾਂ ਉਹਦੀਆਂ ਅੱਖਾਂ 'ਚ ਹੰਝੂ ਆ ਗਏ ਭੂਆ ਨੇ ਆਪਣੀ ਆਵਾਜ਼ 'ਚ ਨਰਮੀ ਲਿਆਂਦੇ ਕਿਆ ਇਹ ਕੀ ਮੁਰਖਤਾ ਤੂੰ ਤੂੰ ਹੀ ਤਾਂ ਹੈ ਦੇ ਕਮਲਾ ਸ਼ਾਦੀ ਵਾਲੇ ਦਿਨ ਸਾਰੀਆਂ ਕੁੜੀਆਂ ਹੀ ਪਰੇਸ਼ਾਨ ਹੁੰਦੀਆਂ ਪਰ ਹੁਣ ਤੂੰ ਚੰਗੀ ਕੁੜੀ ਬਣ ਜਾ ਸ਼ਾਂਤ ਹੋ ਜਾ ਤੇ ਆਪਣੇ ਵੱਡਿਆਂ ਦੀ ਗੱਲ ਸੁਣ ਹੁਣ ਤੂੰ ਇੱਕ ਜ਼ਿੰਮੇਵਾਰ ਗ੍ਰਹਿਣੀ ਬਣਨ ਜਾ ਰਹੀ ਹੈ ਬੱਚੇ ਮੰਗਣਾ ਕਰ ਪਰ ਭੂਆ ਬਸ ਕਮਲਾ ਬਹੁਤ ਹੋ ਗਿਆ ਹੁਣ ਸਮੱਸਿਆ ਨਾ ਖੜੀ ਕਰ ਚੰਗੀ ਕੁੜੀ ਬਣ ਤੇ ਇਸ ਗੱਲ ਦਾ ਸ਼ੁਕਰਗੁਜ਼ਾਰ ਕਿ ਤੇਰੇ ਪਿਤਾ ਨੇ ਤੇਰੇ ਲਈ ਇੰਨਾ ਕੁਝ ਕੀਤਾ ਤੇਰਾ ਪਿਤਾ ਗਰੀਬ ਹੋ ਸਕਦਾ ਪਰ ਤੂੰ ਕੋਈ ਗਲੀਆਂ ਸਾਫ਼ ਕਰਨ ਵਾਲੇ ਜਮਾਦਾਰ ਦੀ ਧੀ ਨਹੀਂ ਕਿ ਤੈਨੂੰ ਆਪਣੀ ਸ਼ਾਦੀ ਵਾਲੇ ਦਿਨ ਕੱਚ ਦੀ ਮਾਲਾ ਪਹਿਨਣੀ ਪਵੇ ਭੂਆ ਨੂੰ ਮਨਾਉਣਾ ਬੜਾ ਔਖਾ ਸੀ ਤੇ ਆਖਰਕਾਰ ਕਮਲਾ ਨੇ ਹਥਿਆਰ ਸੁੱਟ ਦਿੱਤੇ ਉਹਨੂੰ ਉਸ ਦਿਨ ਬਾਰੇ ਹੋਰ ਬਹੁਤਾ ਕੁਝ ਚੇਤੇ ਨਹੀਂ ਸੀ ਕਮਲਾ ਆਪਣੇ ਸਾਰਾ ਕੇ ਚੰਦਰ ਨਾਲ ਰਹਿਣ ਲੱਗੀ ਆਪਣੇ ਪੁਰਾਣੇ ਲੋਹੇ ਦੇ ਟ੍ਰਾਂਕ ਵਾਲਾ ਸਾਰਾ ਸਮਾਨ ਆਪਣੇ ਨਾਲ ਲੈ ਉਨੇ ਆਪਣੇ ਪਿਤਾ ਵੱਲੋਂ ਖਰੀਦ ਕੇ ਦਿੱਤੀਆਂ ਦੋ ਨਵੀਆਂ ਸਾੜੀਆਂ, ਸਲਵਾਰ ਕਮੀਜ਼ਾਂ, ਕੁਝ ਜੋੜੇ ਆਪਣੇ ਮਾਲਕਾਂ ਵੱਲੋਂ ਦਿੱਤੀਆਂ ਸਾੜੀਆਂ ਦੇ ਇਲਾਵਾ ਆਪਣੀ ਹੇਠ ਲਈ ਕੱਪੜੇ, ਬਲਾਊਜ਼, ਪੈਟੀਕੋਟ, ਕੰਘੀ, ਸ਼ੀਸ਼ਾ, ਸੰਧੂਰ ਤੇ ਬਿੰਦੀਆਂ ਦੀਆਂ ਡੱਬੀਆਂ ਤੇ ਘਰ ਦੇ ਬਣੇ ਮਾਹਵਾਰੀ ਪੈਡ ਨਾਲ ਲੈ ਆਂਦੇ। ਇਹ ਸਾਰਾ ਸਮਾਨ ਭੂਆ ਦੀ ਨਿਗਰਾਨੀ ਹੇਠ ਤੇ ਉਹਦੀਆਂ ਹਦਾਇਤਾਂ ਮੁਤਾਬਕ ਹੀ ਰੱਖਿਆ ਗਿਆ ਸੀ। ਭੂਆ ਦੇ ਜਾਣ ਤੋਂ ਬਾਅਦ ਕਮਲਾ ਨੇ ਆਪਣਾ ਟਰੰਕ ਇੱਕ ਵਾਰੀ ਫੇਰ ਖੋਲ੍ਹਿਆ। ਚੁੱਪਚਾਪੀ ਤੇ ਕੁਝ ਹੋਰ ਸਮਾਨ ਵੀ ਬੰਨ ਲਿਆ। ਇਸ ਤਰ੍ਹਾਂ ਆਪਣੇ ਨਾਲ ਹੀ ਲਾਲ ਰੰਗ ਦਾ ਕੱਚ ਦੇ ਮੋਤੀਆਂ ਦਾ ਹਾਰ ਬਚਪੰਦੀਆਂ ਆਪਣੀਆਂ ਦੋਵੇਂ ਫਰਾਕਾਂ ਇੱਕ ਗੁਲਾਬੀ ਤੇ ਇੱਕ ਲਾਲ ਤੇ ਨੀਲੀਆਂ ਡੱਬੀਆਂ ਵਾਲੀ ਲੈ ਆਈ ਸੀ ਤਾਂ ਕਿ ਜੇ ਉਹਦੇ ਬੇਟੀ ਹੋਈ ਤਾਂ ਉਹਨੂੰ ਪਹਿਨਾ ਸਕੇ ਇਹਦੇ ਬਿਨਾਂ ਉਸ ਕੋਲ ਫੇਅਰ ਐਂਡ ਲਵਲੀ ਦੀ ਉਹ ਨਵੀਂ ਟਿਊਬ ਵੀ ਸੀ ਜਿਹਨੂੰ ਖਰੀਦਣ ਲਈ ਉਹ 2 ਮਹੀਨੇ ਤੱਕ ਬਚਤ ਕਰਦੀ ਰਹੀ ਸੀ ਪਿੱਤਲ ਦਾ ਇੱਕ ਵਿਦੇਸ਼ੀ ਬਕਸੂਆ ਵੀ ਸੀ ਤੇ ਪੁਰਾਣੇ ਚੀਨੀ ਸਿਲਕ ਦਾ ਇੱਕ ਗਲੂਬੰਦ ਜਿਹੜਾ ਉਹਨੂੰ ਕਿਸੇ ਮਾਲਕਣ ਨੇ ਦਿੱਤਾ ਸੀ ਆਪਣੇ ਨਾਲ ਹੀ ਇਹ ਪੱਕਾ ਵਿਸ਼ਵਾਸ ਵੀ ਲੈ ਕੇ ਆਈ ਸੀ ਕਿ ਹਲਦੀ ਦੇ ਦਾਗ ਕਦੇ ਨਹੀਂ ਜਾਂਦੇ ਭਾਵੇਂ ਇਹਨਾਂ ਨੂੰ ਕਿੰਨਾ ਵੀ ਰਗੜਿਆ ਜਾਵੇ ਧੰਨਵਾਦ ਚਲਦਾ